ਸਾਰੇ ਨਾਲ ਨਾਲ ਬੋਲਿਓ। ਆਓ ਆਪਾਂ ਕ੍ਰਿਸ਼ਨ ਮਹਾਰਾਜ ਨੂੰ ਯਾਦ ਕਰੀਏ। ਚੰਡ ਸਿੰਘਾਸਨ ਹਰ ਜੀ ਆਏ, ਚੰਡ ਸਿੰਘਾਸਨ ਹਰ ਜੀ ਆਏ, ਚੰਡ ਸਿੰਘਾਸਨ ਹਰ ਜੀ ਆਏ, ਸਿੰਘਾਸਨ ਹਰ ਜੀ ਆਏ, ਚੰਡ ਸਿੰਘਾਸਨ।
ਕੁਟੀਆ 'ਚ ਵਿੱਦਿਆ ਗ੍ਰਹਿਣ ਕਰਨ ਤੋਂ ਬਾਅਦ ਸਾਰੇ ਵਿਦਿਆਰਥੀ ਆਪ ਆਪਣੇ ਘਰਾਂ ਨੂੰ ਚੱਲੇ। ਉਹਨਾਂ ਦੇ ਵਿੱਚ ਕ੍ਰਿਸ਼ਨ ਮਹਾਰਾਜ ਵੀ ਸੀ, ਪਰਸ਼ੁਦਾਮ ਵੀ। ਸੁਦਾਮਾ ਉਮਰ ਦਾ ਵੱਡਾ ਸੀ ਔਰ ਕ੍ਰਿਸ਼ਨ ਮਹਾਰਾਜ ਨੂੰ ਗੋਪਾਲ ਕਿਹਾ ਕੇ ਯਾਦ ਕਰਦਾ ਸੀ। ਰੋਜ਼ਾਨਾ ਗਾਵਾਂ ਚਰਾਉਣ ਜਾਣੀਆਂ ਗੁਰੂ ਮਾਤਾ ਨੇ ਦੁਪਹਿਰੇ ਭੁੱਖ ਨਾ ਲੱਗ ਜਾਵੇ ਕਦੇ ਚਣਿਆਂ ਦੀ ਮੁੱਠ, ਛੋਲਿਆਂ ਦੀ ਮੁੱਠ, ਕਦੇ ਚੌਲਾਂ ਦੀ ਮੁੱਠ। ਗੁਰੂ ਆਸ਼ਰਮਾਂ 'ਚ ਹੋਰ ਹੁੰਦਾ ਕੀ ਹੈ, ਇਹ ਦੇ ਦੇਣੀ। ਦੁਪਹਿਰ ਚੜ੍ਹਨੀ, ਸਭ ਨੇ ਆਪੋ ਆਪਣੀ ਖਾ ਲੈਣੀ। ਇੱਕ ਦਿਨ ਬਾਰਿਸ਼ ਆ ਗਈ, ਮੀਂਹ ਆ ਗਿਆ। ਸਭ ਨੇ ਆਪੋ ਆਪਣਾ ਜੋ ਮਿਲਿਆ ਗੁਰੂ ਮਾਤਾ ਤੋਂ ਖਾ ਲਿਆ। ਕ੍ਰਿਸ਼ਨ ਮਹਾਰਾਜ ਭਾਵ ਮਿੱਤਰ ਗੋਪਾਲ ਨੇ ਆਪਣੇ ਉਹ ਛੋਲਿਆਂ ਦੇ ਤਿੰਨ ਮੁੱਠਾਂ ਸੁਦਾਮ ਨੂੰ ਦਿੱਤੀਆਂ ਸੀ, ਆਪਣੇ ਮਿੱਤਰ ਨੂੰ। ਮੈਨੂੰ ਭੁੱਖ ਲੱਗੇਗੀ, ਮੈਂ ਲੈ ਲਵਾਂਗਾ। ਮੀਂਹ ਹਟਿਆ, ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਸੁਦਾਮ ਮੇਰੇ ਛੋਲੇ ਕਿੱਥੇ ਆ? ਬੋਲਿਆ ਨਹੀਂ, ਫਿਰ ਪੁੱਛਿਆ, ਤੀਜੀ ਵਾਰ ਪੁੱਛਿਆ, ਕਹਿਣ ਲੱਗੇ ਮੈਂ ਖਾ ਲਿਆ। ਕ੍ਰਿਸ਼ਨ ਮਹਾਰਾਜ ਚੁੱਪ ਕਰ ਗਏ, ਕੁਛ ਨਹੀਂ ਕਿਹਾ। ਦਿਨ ਬੀਤਦੇ ਚਲੇ ਗਏ। ਕਹਿੰਦਾ ਚੰਗਾ ਹੁੰਦਾ ਪੁੱਛ ਕੇ ਖਾ ਲੈਂਦਾ। ਦਿਨ ਬੀਤਦੇ ਗਏ, ਪਾਠਸ਼ਾਲਾ ਦਾ ਵਕਤ ਖਤਮ ਹੋ ਗਿਆ। ਸਾਰੇ ਚੱਲੇ ਤੋਂ ਸੁਦਾਮ ਕਹਿਣ ਲੱਗਾ, ਅੱਛਾ ਬਈ ਗੋਪਾਲ, ਫਿਰ ਮਿਲਾਂਗੇ। ਹੁਣ ਕ੍ਰਿਸ਼ਨ ਮਹਾਰਾਜ ਰੱਬ ਸੀਗੇ, ਪਰਮਾਤਮਾ। ਕਹਿਣ ਲੱਗੇ, ਸੁਦਾਮ ਅੱਜ ਤਾਂ ਜ਼ਿੰਦਗੀ 'ਚ ਇੱਕ ਵਾਰ ਤੈਨੂੰ ਮੈਨੂੰ ਮਿਲਣਾ ਹੀ ਪੈਣਾ, ਇੱਕ ਵਾਰ ਮੈਨੂੰ ਮਿਲਣਾ ਪੈਣਾ ਕਿਧਰੇ ਆ ਕੇ। ਉਹ ਕਿਉਂ? ਕਹਿੰਦਾ ਆਪੇ ਵਕਤ ਦੱਸ ਦੇਵੇਗਾ। ਇਹ ਬਾਣੀ ਉੱਥੋਂ ਸ਼ੁਰੂ ਹੁੰਦੀ ਹੈ। ਘਰ ਦੀ ਹਾਲਾਤ ਬਹੁਤ ਖਰਾਬ ਹੋ ਗਈ ਸੁਦਾਮ ਦੀ, ਖਾਣ ਨੂੰ ਨਾ ਰਿਹਾ ਕੁਛ, ਇਤਨੀ ਕੁ ਹਾਲਤ ਮਾੜੀ ਹੋ ਗਈ
ਘਰ ਦਾ ਸਾਰਾ ਸਮਾਨ ਵੇਖਣਾ, ਇੱਕ ਚੌਲਾਂ ਦਾ ਦਾਣਾ ਇੱਕ ਦਿਨ ਲੱਭਾ, ਅੱਧਾ ਤੋੜਿਆ, ਪੱਤੇ 'ਤੇ ਰੱਖਿਆ, ਆਪਣੇ ਗੋਪਾਲ ਨੂੰ ਭੋਗ ਲਵਾਇਆ, ਸਾਰੀ ਕਾਇਨਾਤ ਨੂੰ ਭੋਗ ਲੱਗ ਗਿਆ, ਕ੍ਰਿਸ਼ਨ ਮਹਾਰਾਜ ਦਾ ਪੇਟ ਵੀ ਭਰ ਗਿਆ। ਘਰ ਦੀ ਕਹਿੰਦੀ ਹੁਣ ਅਜੇ ਵੀ ਗੋਪਾਲ ਤੇਰੀ ਰੱਖਿਆ ਕਰੇਗਾ, ਇੱਕ ਤਾਂ ਚੌਲਾਂ ਦਾ ਦਾਣਾ ਲੱਭਿਆ। ਕਹਿੰਦਾ ਭਲੇ ਲੋਕੇ ਮੇਰੇ ਔਰ ਗੋਪਾਲ ਦੇ ਵਿੱਚ ਨਾ ਆਇਆ ਕਰ, ਮੈਂ ਗੱਲਾਂ ਕਰੇ, ਆਪੇ ਦੇਵੇਗਾ, ਮੇਰਾ ਮਿੱਤਰ ਹੈ, ਮੇਰਾ ਮਿੱਤਰ ਨਹੀਂ ਹੈ, ਮੇਰਾ ਵੱਡਾ ਭਰਾ ਵੀ ਹੈ, ਮੇਰਾ ਵੱਡਾ ਭਰਾ ਨਹੀਂ ਰੱਬ ਵੀ ਹੈ, ਰੱਬ ਵੀ ਹੈ, ਵੱਡਾ ਭਰਾ ਵੀ ਹੈ, ਮੇਰਾ ਮਿੱਤਰ ਵੀ ਹੈ। ਫਿਰ ਉਹ ਕਹਿੰਦੀ ਜਾਂਦਾ ਕਿਉਂ ਨਹੀਂ ਉਹਦੇ ਕੋਲ, ਇਸ ਤੋਂ ਮੁਸ਼ਕਿਲ ਦਿਨ ਹੋਰ ਕਦੋਂ ਆਉਣੇ ਨੇ, ਜੇ ਤੇਰਾ ਮਿੱਤਰ, ਤੇਰਾ ਰੱਬ, ਤੇਰਾ ਬਾਲ ਸਖਾ ਹੁਣ ਨਾ ਕੰਮ ਆਇਆ ਤਾਂ ਕਦੋਂ ਕੰਮ ਆਵੇਗਾ। ਕਹਿ ਕੇ ਉਸਨੇ ਕਿਹਾ ਕਿ ਜਾਓ। ਉੱਥੋਂ ਹੀ ਇਹ ਸ਼ਬਦ ਸ਼ੁਰੂ ਹੁੰਦਾ ਹੈ, ਚੱਲਿਆ ਗਣਦਾ ਗੱਟੀਆਂ, ਚੱਲਿਆ ਗਣਦਾ ਗੱਟੀਆਂ, ਕਿਉਂ ਕਰ ਜਾਏ ਕੌਣ ਮਿਲਾਏ, ਕਿਉਂ ਕਰ ਜਾਏ ਕੌਣ ਮਿਲਾਏ, ਚੰਡ ਸਿੰਘਾਸਨ ਹਰੀ ਤੁਰਿਆ ਜਾ ਰਿਹਾ, ਸੋਚਦਾ ਹੈ, ਮਨ ਦੀਆਂ ਸੋਚਾਂ, ਮਨ ਦੀਆਂ ਗੱਟੀਆਂ ਗਿਣਦਾ ਤੁਰਿਆ ਜਾ ਰਿਹਾ, ਕੀ ਕਰਾਂਗਾ ਜਾ ਕੇ, ਉਹ ਰਾਜਾ ਮੈਂ ਭਿਖਾਰੀ, ਉੱਥੇ ਦੇ ਦਰਬਾਨ ਬੜੇ ਵੱਡੇ ਹੋਣੇ, ਪਤਲੀ ਦੁਬਲੀ ਕਾਇਆ, ਹੱਥ ਸੋਟੀ ਹੈ, ਵਰ ਵਸਨ ਸਭ ਫਟੇ ਨੇ, ਉਹ ਪੋਟਲੀ ਚਾਵਲਾਂ ਦੀ ਆਪਣੀ ਕੱਛ 'ਚ ਲੈ ਕੇ ਕਈ ਦਿਨ ਨੰਗੇ ਪੈਰੀਂ ਤੁਰਿਆ ਤੁਰਿਆ ਦਰਬਾਰ 'ਚ ਪਹੁੰਚ ਗਿਆ। ਅੰਦਰ ਜਾਵੇ ਲੋਕ ਧੱਕੇ ਦੇਣ, ਬਾਹਰ ਜਾ, ਹੋ ਸਕਦਾ ਇਹ ਜਾਣਦਾ ਹੋਵੇ ਗੋਪਾਲ ਨੂੰ। ਉਹਨੇ ਬੁਲਾਇਆ, ਕੌਣ ਹੈ ਤੂੰ? ਤੇਰਾ ਗੋਪਾਲ ਕੀ ਲੱਗਦਾ ਹੈ, ਤੇਰਾ ਕ੍ਰਿਸ਼ਨ ਕੀ ਲੱਗਦਾ ਹੈ? ਕਹਿੰਦਾ ਗੋਪਾਲ ਮੇਰਾ ਦੋਸਤ ਹੈ, ਮੇਰਾ ਛੋਟਾ ਭਰਾ ਹੈ, ਬਚਪਨ ਦੇ ਮਿੱਤਰ ਹਾਂ ਸੀ। ਬਸ ਇੰਨਾ ਕੁ ਕਹਿ ਦੀ ਜਾ ਕੇ ਕਿ ਮੇਰੇ ਗੋਪਾਲ ਸੇ ਕਹੀਓ ਕਿ ਤੇਰਾ ਸੁਦਾਮ ਆਇਆ ਹੈ,
ਦਰਬਾਰ ਨੇ ਇਤਨਾ ਹੀ ਆਖਿਆ ਜਾ ਕੇ ਕ੍ਰਿਸ਼ਨ ਮਹਾਰਾਜ ਨੂੰ ਕਿ ਬਾਹਰ ਇੱਕ ਬੰਦਾ ਕਈ ਦਿਨਾਂ ਦਾ ਖੜਾ ਹੈ, ਹੱਥ ਵਿੱਚ ਇੱਕ ਛੜੀ ਪਕੜੀ ਹੈ, ਦੁਬਲੀ ਪਤਲੀ ਕਾਇਆ ਹੈ, ਫਟੇ ਪੁਰਾਣੇ ਵਸਤਰ ਪਾਏ ਨੇ, ਔਰ ਗੋਪਾਲ 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 ਇਹੀ ਕਹੀ ਜਾ ਰਿਹਾ। ਕ੍ਰਿਸ਼ਨ ਮਹਾਰਾਜ ਪੁੱਛਦੇ ਕੀ ਨਾਂ ਦੱਸਿਆ ਉਸਨੇ, ਕਹਿੰਦਾ ਉਹ ਕਹਿ ਰਹੇ ਮੇਰੇ ਗੋਪਾਲ ਕੋ ਕਹੀਓ ਕਿ ਤੇਰਾ ਸੁਦਾਮ ਆਇਆ ਹੈ। ਸੁਦਾਮ ਨਾ ਕੰਨ 'ਚ ਪੈਣ ਦੀ ਦੇਰ ਸੀ, ਕੰਨ 'ਚ ਸੁਦਾਮ ਨਾ ਪੈਣ ਦੀ ਦੇਰ ਸੀ, ਸੁਦਾਮ ਸੁਦਾਮ ਕਹਿ ਕਰਕੇ ਕ੍ਰਿਸ਼ਨ ਮਹਾਰਾਜ ਬਾਹਰ ਦਰਬਾਰ ਵੱਲ ਚੱਲੇ, ਭਜਪੇ ਬਾਹਰ ਗੇਟ ਵੱਲ ਨੂੰ। ਅਤੇ ਬਾਣੀ ਉੱਥੇ ਕੀ ਕਹਿੰਦੀ ਹੈ, ਛੰਡ ਸਿੰਘਾਸਨ ਹਰ ਆਏ, ਛੰਡ ਸਿੰਘਾਸਨ ਹਰ ਸਫ਼ਰ ਕੱਟ ਕੇ ਪਹੁੰਚ ਗਿਆ। ਅੱਗੇ ਕੀ ਵੇਖਿਆ, ਸਿੰਘ ਦੁਆਰੇ ਖਲੋ ਜਾਏ, ਸਿੰਘ ਦੁਆਰੇ ਖਲੋ ਜਾਏ, ਸਿੰਘ ਦੁਆਰੇ ਖਲੋ ਜਾਏ, ਚੰਡ ਸਿੰਘਾਸਨ ਦੁਆਰਕਾਧੀਸ਼ ਸੀ ਜਿਹੜੇ ਉਹਨਾਂ ਨੇ ਅੰਦਰ ਨਾ ਜਾਣਤਾ।
ਕਹਿੰਦਾ ਬਸ ਮੇਰੇ ਗੋਪਾਲ ਕੋ ਕਹੀਓ ਕਿ ਤੇਰਾ ਸੁਦਾਮ ਆਇਆ ਛੱਡ ਕੇ ਸਿੰਘਾਸਨ ਨੰਗੇ ਪੈਰੀ ਕ੍ਰਿਸ਼ਨ ਮਹਾਰਾਜ ਆਓਗੇ ਬਹਾਦਰ ਚਰਨਾਂ ਦੇ ਨਮਸਕਾਰ ਕੀਤੀ ਗਲੇ ਮਿਲੇ ਪਰਿਕਰਮਾ ਕੀਤੀ ਔਰ ਬਰਤਨ ਮੰਗਾ ਕਰਕੇ ਚਰਨ ਧੋਤੇ ਆਪਣੇ ਮਿੱਤਰ ਦੇ ਔਰ ਚਰਨਾਮਤ ਪੀਤਾ ਕ੍ਰਿਸ਼ਨ ਮਹਾਰਾਜ ਨੇ ਸੁਦਾਮ ਦਾ।